ਮਰਦੀ ਆਪਣੇ ਆਪ ਲਈ ਕੁੱਲ ਦੁਨੀਆ ਤੇ ਦੁੱਖੜੇ ਕੌਮ ਲਈ ਸੂਰਮਾ ਜਰੇ ਕੋਈ ਕੋਈ ਆਖਿਆ ਬੇਅੰਤ ਸਿੰਘ ਰੇ ਸੀ ਸੁਣ ਸਤਵੰਤ ਸਿੰਘਾ ਓਏ ਵੀਰਾ ਅੱਜ ਦਾ ਕੀ ਹੋ ਗਿਆ ਏ ਸੋਹਣਿਆ ਸਿੱਖ ਕੌਮ ਦਾ ਜੀਰਾ ਕਰਕੇ ਅਰਦਾਸਾ ਤੇ ਲੱਗਾ ਦਾਗ ਪੱਗ ਤੋਂ ਲਾਈਏ ਜਗਵਾਰਾ ਗਾਊਗਾ ਜੇ ਕਿਤੇ ਭੋਗਿੰਦਰਾ ਦਾ ਪਾਈਏ ਆਖਿਆ ਬੇਅੰਤ ਸਿੰਘ ਨੇ ਸੀ ਹੁਣ ਸਤਵੰਤ ਸਿੰਘਾ ਓਏ ਵੀਰਾ ਅੱਜ ਦਾ ਕੀ ਹੋ ਗਿਆ ਏ ਸੋਹਣਿਆ ਸਿੱਖ ਕੌਮ ਦਾ ਚੀਰਾ ਕਰਕੇ ਅਰਦਾਸਾ ਤੇ ਲੱਗਾ ਦਾਗ ਪੱਗ ਤੋਂ ਲਾਈਏ ਜਗਵਾਰਾ ਗਾਊਗਾ ਜੇ ਕਿਤੇ ਭੋਗ ਰੰਡੀ ਦਾ ਪਾਈਏ ਇਸ ਰੰਗਲੀ ਦੁਨੀਆ ਤੇ ਵੀਰ ਨਾ ਬਾਰ ਬਾਰ ਨਹੀਂ ਆਉਣਾ ਜਗਤ ਮੁਸਾਫਿਰ ਖਾਨਾ ਹੈ ਬੰਦਾ ਚਾਰ ਦਿਨਾਂ ਦਾ ਪ੍ਰਾਹੁਣਾ ਸਾਰੀਏ ਨੇਕੀ ਦੀ ਆਪਾਂ ਕਿਲੇ ਕੁਬਰ ਦੇ ਟਾਈਏ ਜਗਵਾਰਾ ਗਾਊਗਾ ਜੇ ਕਿਤੇ ਭੋਗਿੰਦਰਾ ਦਾ ਪਾਈਏ ਆਪਣੇ ਹਥਿਆਰੀ ਨੇ ਸਾਡਾ ਡਰ ਹੀ ਮਨੋ ਭੁਲਾਤਾ ਸੁਪਰੀਮ ਛੇਵੇਂ ਸਤਿਗੁਰ ਦਾ ਇਸਨੇ ਤੋਪਾਂ ਨਾਲ ਉਡਾਤਾ ਰੰਗੜ ਮਸੇ ਰੰਗੜ ਦੇ ਆਪਾਂ ਸਿਰੇ ਦਾ ਜਟਕਾਈਏ ਜਗਵਾਰਾ ਗਾਊਗਾ ਜੇ ਕਿਤੇ ਭੋਗਿੰਦਰਾ ਦਾ ਪਾਈਏ ਇਸ ਸੱਚੇ ਵਾਹਿਗੁਰੂ ਨੇ ਡਿਊਟੀ ਲਾਈ ਸਾਡੇ ਜੁੰਮੇ ਦੁਨੀਆ ਨੇ ਮੰਨਣਾ ਨਹੀਂ ਹੋਰ ਸੇ ਬਾਂਸੀ ਦੇ ਜੇ ਨਾ ਚੁੰਮੇ ਰਹਿੰਦਾ ਅੰਗ ਸੰਗ ਜੀ ਰਹਿੰਦਾ ਅੰਗ ਸਤਿਗੁਰ ਜੀ ਸੱਚੇ ਮਨ ਦੇ ਨਾਲ ਪਿਆਈਏ ਜਗਵਾਰਾ ਗਾਊਗਾ ਜੇ ਕਿਤੇ ਭੋਗ ਰੰਦੀ ਦਾ ਪਾਈਏ ਬਿਰਖਾ ਜਾਵੇ ਨਾ ਹੀਰਿਆ ਜਾਵੇ ਨਾ ਕਦੇ ਬਿਰਦਾ ਜਾਵੇ ਨਾ ਪੂਰੇ ਸਿੰਘ ਦਾ ਕੀਤਾ ਅਰਦਾਸਾ ਹੋਏ ਆਪ ਸਹਾਈ ਓ ਜੇ ਰੱਖੀਏ ਸਤਿਗੁਰ ਤੇ ਪਰਵਾਸਾ ਪੂਰਮ ਸਿੰਘ ਜੋੜੇਗਾ ਆਪਾਂ ਫਿਰ ਇਤਿਹਾਸ ਦੜਾਈਏ ਜਗਵਾਰਾ ਗਾਊਗਾ ਜੇ ਕਿਤੇ ਭੋਗਿੰਦਰਾ ਦਾ ਪਾਈਏ ਇਸ ਰੰਗਲੀ ਦੁਨੀਆ ਤੇ ਵੀਰ ਨਾ ਬਾਰ ਬਾਰ ਨਹੀਂ ਆਉਣਾ ਜਗਤ ਮੁਸਾਫਿਰ ਖਾਨਾ ਹੈ ਬੰਦਾ ਚਾਰ ਦਿਨਾਂ ਦਾ ਪ੍ਰਾਹੁਣਾ ਕਰਕੇ ਕਾਲ ਕਲਗ ਚੜਨੋ ਕਹਿੰਦਾ ਤੁਰਦਾ ਤਿਲ ਚਟਕਾ ਕਟਾਈਏ ਜਗਵਾਰਾ ਗਾਊਗਾ ਜੇ ਕਿਤੇ ਭੋਗਿੰਦਰਾ ਦਾ ਪਾਈਏ ਝੱਟ ਸਮਝ ਇਸ਼ਾਰੇ ਨੂੰ ਇਕਦਮ ਕਰ ਦਈ ਤੂੰ ਚੜਾਈ ਇੱਕ ਅੱਧੀ ਨਜ਼ਰ ਨਾ ਨਹੀਂ ਠੋਕ ਦਈ ਤੂੰ ਠਾਈ ਦੀਆਂ ਠਾਈ ਕਰਕੇ ਲੋਟ ਪਟਾਣੀ ਨੂੰ ਇਹਨੂੰ ਰਾ ਨਰਕਾਂ ਦੇ ਪਾਈਏ ਜਗਵਾਰਾ ਗਾਊਗਾ ਜੇ ਕਿਤੇ ਭੋਗ ਰੰਦੀ ਦਾ ਪਾਈਏ ਇੰਜ ਸੋਚ ਸਮ
ਸਾਰੀ ਓ ਕਹਿ ਮੇਜਰ ਨਿਰਮਲ ਨੂੰ ਆ ਜਸ ਸੂਰਮਿਆਂ ਦਾ ਗਾਈਏ ਜਗਵਾਰਾਂ ਗਾਊਗਾ ਜੇ ਕਿਤੇ ਭੋਗ ਇੰਦਰਾ ਦਾ ਪਾਈਏ ਇਸ ਤਰ੍ਹਾਂ ਭਾਈ ਜੰਗ ਸਿੰਘ ਨੇ ਸੁਖਵੰਤ ਸਿੰਘ ਨੂੰ ਪ੍ਰੇਰਿਆ ਤੇ ਦੋਵਾਂ ਯੋਧਿਆਂ ਦੀ ਤਿਆਰੀ ਹੋਈ ਕਿ ਇਸ ਪਾਪਣ ਇੰਦਰਾ ਨੂੰ ਧੋਲਦਾ ਟਿਕ ਸਕਦਾ ਸੀ। ਇੱਥੇ ਕੁਝ ਗੱਲਾਂ ਹੋਰ ਵਿਚਾਰ ਹੋਣਗੇ। ਕਈ ਵਾਰਾਂ 84 ਦਾ ਜਿਹੜਾ ਸਿੱਖ ਕਤਲਿਆਮ ਹੋਇਆ ਨਾ ਸਹੀ ਨਸਲ ਖੁਸ਼ੀ ਉਹਦਾ ਜ਼ਿੰਮੇਵਾਰ ਵੀ ਭਾਈ ਜੰਗ ਸਿੰਘ ਅਤੇ ਭਾਈ ਸੁਖਵੰਤ ਸਿੰਘ ਨੂੰ ਧਰਾਉਣ ਦਾ ਯਤਨ ਕੀਤਾ ਜਾਂਦਾ ਹੈ ਕਿ ਜੇ ਇਹ ਇੰਦਰਾ ਗਾਂਧੀ ਨੂੰ ਨਾ ਮਾਰਦੇ ਤਾਂ ਹੋ ਸਕਦਾ ਹੈ ਕਿ ਜਿਹੜਾ 31 ਅਕਤੂਬਰ ਤੋਂ ਬਾਅਦ 1 ਨਵੰਬਰ ਨੂੰ ਕਤਲੇਆਮ ਹੋਇਆ ਇਹ ਨਾ ਮਿਲਦਾ। ਇੱਥੇ ਦੋ ਪੱਖ ਨੇ। ਪਹਿਲਾ ਪੱਖ ਤੇ ਇਹ ਹੈ ਕਿ ਸਾਰਾ ਕੁਝ ਪੂਰੀ ਪਲੈਨਿੰਗ ਹੋਈ ਪਈ ਸੀ, ਇਹ ਕਤਲੇਆਮ ਉਦਾਂ ਵੀ ਹੋਣਾ ਸੀ ਜਿਹੜਾ ਜਿਵੇਂ ਹਰਿਮੰਦਰ ਸਾਹਿਬ ਦੇ ਅਟੈਕ ਬਾਰੇ ਹੁਣ ਵਿਚਾਰਾਂ ਸਾਹਮਣੇ ਆ ਰਹੀਆਂ ਹਨ, ਇਸੇ ਤਰ੍ਹਾਂ ਜਿਹੜਾ 1 ਨਵੰਬਰ ਤੋਂ ਸਿੱਖ ਨਸਲ ਖੁਸ਼ੀ ਹੋਈ ਆ ਇਹਦੇ ਬਾਰੇ ਵੀ ਜੱਗ ਜ਼ਾਹਰ ਹੋ ਚੁੱਕਾ ਹੈ ਕਿ ਇੱਕਦਮ ਏਡੀ ਵੱਡੀ ਤਿਆਰੀ ਨਹੀਂ ਹੋ ਸਕਦੀ। ਭਾਵੇਂ ਸਿੱਖ ਕਤਲੇਆਮ ਸਿੱਖ ਨਸਲ ਖੁਸ਼ੀ ਪੂਰਬੀ ਦਿੱਲੀ ਵਿੱਚ ਹੋਈ ਆ, ਭਾਵੇਂ ਉੱਤਰੀ ਦਿੱਲੀ ਵਿੱਚ, ਭਾਵੇਂ ਪੱਛਮੀ ਤੇ ਭਾਵੇਂ ਕਾਨਪੁਰ, ਭਾਵੇਂ ਯੂਪੀ, ਜਿੱਥੇ ਮਰਜ਼ੀ ਸਿੱਖ ਨਸਲ ਖੁਸ਼ੀ ਹੋਈ ਆ, ਸਾਰੇ ਥਾਵਾਂ ਦੇ ਉੱਤੇ ਤਰੀਕਾ ਇੱਕੋ ਹੀ ਵਰਤਿਆ ਗਿਆ। ਹੁਣ ਮੰਨ ਲਓ ਉਦਾਹਰਨ ਵਜੋਂ ਤੁਹਾਡੇ ਨਾਲ ਗੱਲ ਕਰ ਰਿਹਾ ਕਿ ਇੱਥੇ ਬਾਹਰ ਕੋਈ ਰੌਲਾ ਪੈ ਜਾਂਦਾ ਤੇ ਆਪਾਂ ਨੂੰ ਇੱਥੋਂ ਭੱਜ ਕੇ ਇੱਕਦਮ ਬਾਹਰ ਜਾਣਾ ਪੈਂਦਾ ਤੇ ਆਪਣੇ ਕੋਲ ਜੋ ਹੱਥ ਚਾਹੂਗਾ ਉਹ ਲੈ ਕੇ ਤੁਰਾਂਗੇ। ਇਹ ਤਾਂ ਨਹੀਂ ਨਾ ਕਿ ਸਾਰਿਆਂ ਕੋਲ ਕੁਰਬਾਨਾਂ ਹੋਣਗੀਆਂ ਫੇਰ ਹੀ ਤੁਰਨਗੇ ਜਾਂ ਸਾਰਿਆਂ ਕੋਲ ਰਫਲਾਂ ਹੋਣਗੀਆਂ ਫੇਰ ਹੀ ਤੁਰਨਗੇ। ਜੇ ਹੁਣ ਦੰਗੇ ਤੇ ਫਿਰ ਤੇ ਜੋ ਕਿਸੇ ਦੇ ਹੱਥ ਵਿੱਚ ਆਉਂਦਾ ਉਹ ਵਰਤਦਾ, ਜਿਹੜਾ ਤਰੀਕਾ ਕਿਸੇ ਕੋਲ ਵਰਤਿਆ ਜਾਂਦਾ ਉਹ ਵਰਤਦਾ। ਪਰ ਇੱਥੇ ਕੀ ਕੀਤਾ ਗਿਆ, ਪਹਿਲਾ ਤਰੀਕਾ ਇਹਨਾਂ ਦਾ ਇਹ ਸੀ ਕਿ ਖਤਰਨਾਕ ਨਾਰੇ ਹਰ ਥਾਂ ਤੇ ਲਾ ਕੇ ਤੇ ਲੋਕਾਂ ਵਿੱਚ ਦਹਿਸ਼ਤ ਪਾਉਣੀ। ਦੂਸਰੇ ਨੰਬਰ ਤੇ ਇਹ ਸੀ ਕਿ ਗੁਰਦੁਆਰਾ ਸਾਹਿਬ ਪਹਿਲਾਂ ਬੇਨਤੀ ਕਰਨੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਉੱਥੋਂ ਦੇ ਗ੍ਰੰਥੀ ਸਿੰਘ ਤੇ ਜਿਹੜਾ ਹੋਰ ਜ਼ਿੰਮੇਵਾਰ ਸੇਵਾਦਾਰ ਉਹਨਾਂ ਨੂੰ ਕਤਲ ਕਰਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਨਿਰਾਦਰ ਕਰਨਾ। ਤੇ ਤੀਸਰੇ ਨੰਬਰ ਤੇ ਘਰ ਦੇ ਮਰਦਾਂ ਨੂੰ ਪਕੜ ਕੇ ਉਹਨਾਂ ਨੂੰ ਜ਼ਖਮੀ ਕਰਕੇ ਔਰਤਾਂ ਦੀ ਬੇਹੁਰਮਤੀ ਬੇਇੱਜ਼ਤੀ ਉਹਨਾਂ ਦੇ ਸਾਹਮਣੇ ਕਰਨੀ, ਉਹਨਾਂ ਨੂੰ ਬੇਪਤ ਕਰਨਾ। ਉਹਦੇ ਤੋਂ ਬਾਅਦ ਘਰ ਦੇ ਮਰਦਾਂ ਨੂੰ ਔਰਤਾਂ ਦੇ ਸਾਹਮਣੇ, ਬੇਪਤ ਹੋਈਆਂ ਔਰਤਾਂ ਦੇ ਸਾਹਮਣੇ ਉਹਨਾਂ ਦੇ ਘਰ ਦੇ ਮਰਦਾਂ ਨੂੰ ਕਤਲ ਕਰਨਾ। ਇਹ ਕੋਈ ਤਿਆਰੀ ਤੋਂ ਬਗੈਰ ਨਹੀਂ ਹੋ ਸਕਦਾ। ਫਿਰ ਕਾਰਪੋਰੇਸ਼ਨ ਦੀਆਂ ਬੱਸਾਂ ਦੇ ਰਾਹੀਂ ਲੋਕ ਢੋਏ ਗਏ ਜਿਹੜੇ ਛੋਟੇ ਛੋਟੇ ਕੰਮ ਕਰਨ